ਜੀਵੀਐਸ ਟਾਈਮ ਚੈਨਲ ਨਾਲ ਜੁੜੇ ਤਮਾਮ ਦਰਸ਼ਕਾਂ ਦਾ ਸਵਾਗਤ। ਮੈਂ ਤੁਹਾਡਾ ਆਪਣਾ ਜਗਵੀਰ ਆਜ਼ਾਦ। ਦਰਸ਼ਕੋ, ਹਲਕਾ ਨਿਹਾਲ ਸਿੰਘ ਵਾਲੇ ਦਾ ਭਾਗੀ ਕੇ ਪਿੰਡ ਆ, ਅਤੇ ਇਹ ਜਿਹੜਾ ਤੁਸੀਂ ਰੋਡ ਦੇਖ ਰਹੇ ਹੋ, ਇਹ ਨਿਹਾਲ ਸਿੰਘ ਵਾਲੇ ਤੋਂ ਬਰਨਾਲਾ ਰੋਡ ਜਿਹੜਾ ਵੱਜਦਾ, ਅਤੇ ਇੱਥੇ ਜਿਹੜੇ ਟੋਏ ਆ ਥਾਂ ਥਾਂ, ਇਹ ਜਿਹੜੇ ਵੀ ਰਾਹਗੀਰ ਇੱਥੋਂ ਦੀ ਲੰਘਦੇ ਨੇ ਉਹ ਦੇਖਦੇ ਨੇ, ਪਰ ਅੱਜ ਸਰਕਾਰਾਂ ਦਾ ਕੰਮ ਉਹ ਇਨਸਾਨ ਕਰ ਰਿਹਾ। ਤੁਸੀਂ ਉਮੀਦ ਵੀ ਨਹੀਂ ਕਰ ਸਕਦੇ ਕਿ ਅੱਜ ਦੀ ਦੌੜ ਭੱਜ ਭਰੀ ਜ਼ਿੰਦਗੀ ਦੇ ਵਿੱਚ ਕਿਸੇ ਲਈ ਸਮਾਂ ਕੱਢਣਾ ਬਹੁਤ ਔਖਾ, ਅਤੇ ਨਿਰਸਵਾਰਥ ਸੇਵਾ ਤਾਂ ਦੂਰ ਦੀ ਗੱਲ ਆ, ਪਰ ਅੱਜ ਅਸੀਂ ਉਸ ਇਨਸਾਨ ਦੇ ਨਾਲ ਗੱਲਬਾਤ ਕਰਵਾਵਾਂਗੇ ਜਿਹੜੇ ਸਰਕਾਰਾਂ ਦੇ ਕੰਮ ਖੁਦ ਕਰ ਰਹੇ ਆ, ਆਪਣੇ ਪੈਸੇ 'ਤੇ ਕਰ ਰਹੇ ਆ। ਔਰ ਅਕਸਰ ਆਪਾਂ ਕਹਿ ਦਿੰਦੇ ਕਿ ਫਲਾਨੇ ਨੇ ਮੇਰੇ ਰਾਹ 'ਚ ਕੰਡੇ ਬੀਜਤੇ, ਰਾਹ 'ਚ ਰੋੜੇ ਵਿਛਾ ਦਿੱਤੇ, ਪਰ ਅਸਲ ਜ਼ਿੰਦਗੀ ਦੇ ਵਿੱਚ ਕੰਡੇ ਚੁਗਣ ਵਾਲੇ ਜਾਂ ਜਿਹੜੇ ਅਸਲ ਰੱਬ ਦੇ ਬੰਦੇ ਆ। ਦਰਸ਼ਕੋ, ਉਸ ਇਨਸਾਨ ਦਾ ਨਾਂ ਘਮੰਡ ਸਿੰਘ, ਪਰ ਜਦੋਂ ਤੁਸੀਂ ਕੰਮ ਦੇਖੋਗੇ ਤਾਂ ਤੁਹਾਨੂੰ ਲੱਗਣਾ ਕਿ ਘਮੰਡ 1% ਵੀ ਨਹੀਂ ਆ। ਬਰਨਾਲਾ ਜ਼ਿਲ੍ਹੇ ਦਾ ਪਿੰਡ ਨਰੈਣਗੜ੍ਹ ਸੋਈਆਂ ਉੱਥੇ ਦੇ ਰਹਿਣ ਵਾਲੇ ਨੇ, ਅਤੇ ਮੋਗਾ ਜ਼ਿਲ੍ਹਾ ਦੇ ਵਿੱਚ ਆ ਕੇ ਭਾਗੀਕੇ ਦੇ ਰੋਡ ਦੇ ਉੱਪਰ ਜੋ ਖੱਡੇ ਨੇ ਉਹਨਾਂ ਨੂੰ ਭਰਨ ਦਾ ਜਿਹੜਾ ਕੰਮ ਕਰ ਰਹੇ ਨੇ। ਹੋਰ ਵੀ ਬਹੁਤ ਸਾਰੇ ਜਿਹੜੇ ਲਿੰਕ ਰੋਡ ਬਣੇ ਨੇ, ਉਖਲੀਆਂ ਆਉਂਦੀਆਂ ਨੇ, ਉਹਨਾਂ ਨੂੰ ਭਰਦੇ ਨੇ, ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਵਰਿੰਦਰ ਜੀ, ਅਕਸਰ ਅਸੀਂ ਸੋਸ਼ਲ ਮੀਡੀਆ ਤੁਹਾਡੇ ਨਾਲ ਜੁੜੇ ਹਾਂ। ਦੁਨੀਆਦਾਰੀ ਦੇ ਵਿੱਚ ਵੱਖਰੀਆਂ ਚੀਜ਼ਾਂ ਹਮੇਸ਼ਾ ਤੁਸੀਂ ਅੱਗੇ ਲੈ ਕੇ ਆਉਂਦੇ ਹੋ, ਔਰ ਅੱਜ ਤੁਹਾਡੀ ਫੋਨ ਕਾਲ 'ਤੇ ਸਾਨੂੰ ਪਤਾ ਲੱਗਿਆ ਕਿ ਇੱਕ ਮਜ਼ਦੂਰ ਵਰਗ ਦਾ ਬੰਦਾ ਜਿਸਦਾ ਨਾਂ ਘਮੰਡ ਆ, ਔਰ ਘਮੰਡ 1% ਵੀ ਨਹੀਂ ਆ, ਸਿੱਖੜ ਦੁਪਹਿਰੇ ਦੇ ਵਿੱਚ ਜਿੱਥੇ ਭਾਈ ਦੌੜ ਦੀ ਦੁਨੀਆ ਦੇ ਵਿੱਚ ਇੱਕ ਮਿੰਟ ਦੀ ਵੇਰ ਨਹੀਂ ਕਿਸੇ ਲਈ, ਉਹ ਲੋਕਾਂ ਦੇ ਜਿਹੜੇ ਰਾਹ ਪੱਧਰੇ ਕਰ ਰਿਹਾ, ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਬਾਈ ਜੀ, ਘਮੰਡ ਰਹਿਤ ਘਮੰਡ ਸਿੰਘ, ਪਿੰਡ ਨਰੈਣਗੜ੍ਹ ਸੋਈਆਂ, ਸਵੇਰ ਤੋਂ ਇਹਨਾਂ ਦਾ ਜਿਹੜਾ ਦਿਨ ਚਾਰੇ ਆ ਰੋਜ਼ਾਨਮਚਾ, ਉਹ ਇਸ ਤਰ੍ਹਾਂ ਸ਼ੁਰੂ ਹੁੰਦਾ ਕਿ ਗੁਰਦੁਆਰਾ ਸਾਹਿਬ ਜਾਂਦੇ ਨੇ, ਉਦੋਂ ਜਾਂਦੇ ਨੇ ਜਦੋਂ ਸਾਰੇ ਲੋਕ ਵਾਪਸ ਆ ਜਾਂਦੇ ਨੇ, ਤੇ ਗੁਰਦੁਆਰਾ ਸਾਹਿਬ ਦੇ ਵਿੱਚ ਝਾੜੂ ਲਾਉਣਾ, ਪੋਚਾ ਲਾਉਣਾ, ਉਸ ਤੋਂ ਬਾਅਦ ਪ੍ਰਸ਼ਾਦਾ ਪਾਣੀ ਛੱਕ ਕੇ ਨਹਾ ਧੋ ਕੇ ਪਿੰਡ ਦੀਆਂ ਗਲੀਆਂ ਨਾਲੀਆਂ ਜੋ ਵੀ ਕੁਛ ਆ ਮੌਸਮ ਦੇ ਮੁਤਾਬਕ ਉਹ ਸਾਫ਼ ਕਰਨੀਆਂ ਸਾਰੀਆਂ, ਤੇ ਫਿਰ ਜਿਹੜੇ ਵੀ ਨੇੜਲੇ ਪਿੰਡ ਨੇ, ਚਾਹੇ ਦੀਵਾਨਾ ਹੋਵੇ, ਗਹਿਣਾ ਹੋਵੇ, ਜਿੱਥੇ ਵੀ ਦਿਸਦਾ ਉਹਨਾਂ ਉਖਲੀਆਂ ਨੂੰ ਭਰਨਾ, ਕਿਤੋਂ ਮਿੱਟੀ ਮਿਲਦੀ ਆ ਉਹ ਮਿੱਟੀ ਪਾਉਣੀ। ਤਾਂ ਪਿਛਲੇ ਦਿਨੀ ਬਾਈ ਹੁਣੀ ਇੱਧਰ ਕਿਸੇ ਪਿੰਡ ਗਏ ਸੀਗੇ ਨਿਹਾਲ ਸਿੰਘ ਵਾਲੇ ਵੱਲ ਅੱਗੇ, ਤਾਂ ਇਹ ਕਹਿੰਦੇ ਵੀ ਉੱਥੇ ਉਖਲੀਆਂ ਬਹੁਤ ਨੇ। ਜਦੋਂ ਕੱਲ੍ਹ ਅਸੀਂ ਇਹਨਾਂ ਕੋਲੇ ਗਏ ਪਿੰਡ ਮਿਲਣ, ਤਾਂ ਇਹ ਕਹਿੰਦੇ ਮੈਂ ਕੱਲ੍ਹ ਨੂੰ ਉੱਥੇ ਜਾਣਾ, ਤਾਂ ਮੈਨੂੰ ਲੱਗਿਆ ਵੀ ਇੰਨਾ ਸੋਹਣਾ ਕੰਮ ਕਰਦੇ ਨੇ ਤਾਂ ਵੀ ਇਹਨਾਂ ਦੀ ਗੱਲ ਹੋਣੀ ਚਾਹੀਦੀ ਆ। ਇਸ ਕਰਕੇ ਨਹੀਂ ਵੀ ਇਹਨਾਂ ਨੇ ਕੋਈ ਇਹਦੇ ਤੋਂ ਕੁਛ ਸ਼ੋਹਰਤ 'ਚੋਂ ਕੁਛ ਕਮਾਉਣਾ, ਜਾਂ ਇਹਨਾਂ ਨੂੰ ਕੁਛ ਪੈਸਿਆਂ ਦੀ ਲੋੜ ਆ, ਪੈਸੇ ਇਹਨਾਂ ਨੂੰ ਕੋਈ 100 ਫੜਾਉਂਦਾ, ਕੋਈ 200, ਅਗਲਾ ਕਹਿੰਦਾ ਘੱਟ ਆ 500 ਫੜਾਉਂਦਾ, ਪਰ ਇਹ ਨਹੀਂ ਲੈਂਦੇ, ਕਦੇ ਵੀ ਨਹੀਂ ਲੈਂਦੇ, ਕਿਸੇ ਬੱਸਾਂ ਵਾਲਿਆਂ ਤੋਂ ਨਹੀਂ ਲੈਂਦੇ, ਇਹ ਰੋਟੀ ਵੀ ਆਪਦੇ ਘਰੋਂ ਖਾਂਦੇ ਨੇ, ਗੁਰਦੁਆਰਾ ਸਾਹਿਬ ਤੋਂ ਰੋਟੀ ਨਹੀਂ ਖਾਂਦੇ। ਗੁਰਦੁਆਰਾ ਸਾਹਿਬ ਤੋਂ ਕਿ ਜੇ ਕਿਸੇ ਦੇ ਪਾਠ ਵੀ ਹੁੰਦਾ, ਮਰਗ ਦਾ ਭੋਗ ਹੁੰਦਾ, ਉੱਥੇ ਵੀ ਰੋਟੀ ਆਪਣੇ ਘਰੋਂ ਖਾਂਦੇ ਨੇ, ਤੇ ਜਦੋਂ ਵੀ ਕੋਈ ਫੰਕਸ਼ਨ ਹੁੰਦਾ, ਸਾਡੇ ਪਿੰਡ ਵੀ ਕੋਈ ਫੰਕਸ਼ਨ ਹੁੰਦਾ, ਅਸੀਂ ਕਹਿ ਦਿੰਦੇ ਹਾਂ ਬਈ ਆਇਓ ਸੇਵਾ ਕਰਿਓ ਇੱਥੇ, ਤਾਂ ਉੱਥੇ ਪੂਰੀ ਤਨਦੇਹੀ ਦੇ ਨਾਲ ਇਹਨਾਂ ਨੇ ਸੇਵਾ ਕਰਨੀ ਆ। ਤੇ ਸਫਾਈ ਦੇ ਲਈ ਕਹਿੰਦੇ ਮੈਨੂੰ ਇਹ, ਮੈਂ ਧਰਤੀ ਨੂੰ ਸਾਫ਼ ਕਰਦਾ ਰਹਾਂ, ਤੇ ਨੰਗੇ ਪੈਰੀ ਰਹਿੰਦੇ ਆ ਜ਼ਿਆਦਾ ਸਮਾਂ, ਚੱਪਲਾਂ ਪਾ ਵੀ ਰਹਿੰਦੇ ਨੇ। ਬਿਲਕੁਲ, ਦੁਨੀਆ ਦਾ ਅਮੀਰ ਬੰਦਾ ਵੀ ਮੈਨੂੰ ਕਾਸੇ ਦੀ ਲੋੜ ਨਹੀਂ, ਹੁਣ ਇਹਨਾਂ ਨੇ ਰੇੜੀ ਬਣਾਈ ਆ ਜਿਹਦੇ ਕੁਛ ਲੋਹਾ ਲੱਗਿਆ, ਕੁਛ ਲੱਕੜਾਂ, ਇੱਕ ਟਾਇਰ ਵਾਲੀ ਯਾਨੀ ਕਿ ਧੂਣ ਵਾਲੀ, ਤੇ ਉਹ ਵੀ ਇਹਨਾਂ ਨੇ ਆਪਦੇ ਕੋਲੋਂ ਬਣਾਈ ਆ। ਹੁਣ ਰੇੜੀ ਨੇ ਅੱਜ ਇਹਨਾਂ ਨੂੰ ਲਿਆਉਣ ਲੱਗਿਆਂ ਨੂੰ ਬਹੁਤ ਤੰਗ ਕੀਤਾ, ਕਿਉਂਕਿ 15 ਕਿਲੋਮੀਟਰ ਪੈ ਜਾਂਦਾ ਨਿਹਾਲ ਸਿੰਘ ਵਾਲਾ ਸੋਈਆਂ ਤੋਂ, 15 ਤੋਂ ਵੀ ਵੱਧ ਹੀ, ਤਾਂ ਹੁਣ ਕਹਿੰਦੇ ਵੀ ਮੈਂ ਮਿਸਤਰੀ ਤੋਂ ਇਹਦੇ ਪਿੱਛੇ ਸੈਟਿੰਗ ਲਾਉਣੀ ਆ ਵੀ ਮੈਂ ਦੂਰ ਤੱਕ ਇਹਨੂੰ ਲੈ ਜਾਂ ਵੀ ਇਹ ਪ੍ਰੋਬਲਮ ਨਾ ਦੇਵੇ। ਤਾਂ ਇਹੋ ਜਿਹਾ ਜਿਹੜਾ ਇਨਸਾਨ ਆ ਵੀ ਉਹ, ਅਸੀਂ ਜੇ ਕੋਈ
ਕਹਿੰਦਾ ਗਾ ਵੀ ਰੱਬ ਦੀ ਗੱਲ ਕਰਦਾ ਵੀ ਕਿਹੋ ਜਿਹਾ ਕੀ ਹੁੰਦਾ, ਤਾਂ ਇਹੋ ਜਿਹਾ ਹੁੰਦਾ ਗਾ ਨਹੀਂ ਤਾਂ ਧਰਮਾਂ ਦੇ ਨਾਮ ਤੇ ਜਿਹੜੇ ਲੜਾਈਆਂ ਕਰਦੇ ਨੇ ਬਹੁਤ ਸਾਰੇ ਬੰਦੇ ਆ ਜਿਹੜੇ ਧਰਮਾਂ ਦੇ ਮਖੌਟੇ ਪਾ ਕੇ, ਤਾਂ ਇਹੋ ਜਿਹਾ ਬੰਦਾ ਤੇ ਭਾਈ ਘਨੱਈਏ ਦੇ ਨਾਂ ਤੇ ਸੰਸਥਾਵਾਂ ਬਹੁਤ ਬਣ ਜਾਂਦੀਆਂ, ਹੋਰ ਬਹੁਤ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਵੱਖ ਵੱਖ ਹਨ, ਰਾਮ ਦੇ ਕ੍ਰਿਸ਼ਨ ਦੇ ਨਾਮ ਤੇ, ਪਰ ਜਿਹੜਾ ਕਿ ਸੇਵਾ ਕਰਨ ਦਾ ਸੰਕਲਪ ਆ ਹਨਾ, ਤੇ ਉਹ ਕੋਈ ਇਹਨਾਂ ਤੋਂ ਸਿੱਖੇ ਤੇ ਇੰਨੇ ਪਿਆਰ ਦੇ ਨਾਲ ਬੋਲਣਾ, ਮਿੱਠਤ ਦੇ ਨਾਲ ਬੋਲਣਾ ਹਨਾ, ਤੇ ਬਹੁਤ ਤੇ ਕਿਤਾਬਾਂ ਪੜ੍ਹਨ ਦੇ ਵੀ ਬਹੁਤ ਸ਼ੌਕੀਨ ਨੇ, ਜਿਵੇਂ ਕਿ ਗੁਰਨਾਮ ਸਿੰਘ ਮੁਕਤਸਰ ਹੋਣਾ ਨੂੰ ਪੜ੍ਹਿਆ, ਗਦਰੀ ਬਾਬਿਆਂ ਦੇ ਮੇਲੇ ਤੇ ਜਾਣਾ, 1 ਮਈ ਤੇ ਜਾਣਾ, ਉੱਥੇ ਨਾਟਕ ਦੇਖਣੇ, ਤਾਂ ਬਹੁਤ ਜਾਣੀ ਕਿ ਮਜ਼ਦੂਰਾਂ ਦੀ ਗੱਲ ਜਿੱਥੇ ਹੁੰਦੀ ਆ ਉੱਥੇ ਬਹੁਤ ਪਸੰਦ ਕਰਦੇ ਨੇ, ਤਾਂ ਇਸ ਤਰ੍ਹਾਂ ਜਿਹੜਾ ਇਹਨਾਂ ਦਾ ਇਹ ਕੰਮ ਆ ਵੀ ਰਾਹਗੀਰਾਂ ਦੇ ਲਈ, ਨੰਗੇ ਜਾਂਦਿਆਂ ਦੇ ਲਈ, ਕੋਈ ਹਾਦਸੇ ਹੁੰਦੇ ਨੇ ਉਖਲੀਆਂ ਦੇ ਵਿੱਚ ਹੀ ਹਾਦਸੇ ਹੁੰਦੇ ਨੇ, ਉਖਲੀ ਨੂੰ ਬਚਾਉਂਦਾ ਹੋਇਆ ਦੂਜਾ ਬਚਾਉਂਦਾ, ਇੱਕ ਦੂਜੇ ਦੇ ਵਿੱਚ ਵੱਜਦੇ ਨੇ, ਤਾਂ ਇਹ ਜਿਹੜੀ ਸੇਵਾ ਕਰ ਰਹੇ ਨੇ ਬਹੁਤ ਵੱਡੀ ਸੇਵਾ ਹੈਗੀ ਆ, ਹੁਣ ਇਹ ਕੋਈ ਸਹਾਇਤਾ ਤਾਂ ਲੈਂਦੇ ਨਹੀਂ, ਤੇ ਮੈਨੂੰ ਲੱਗਦਾ ਵੀ ਸਾਡੇ ਨਾਲ ਡਾਕਟਰ ਸਾਹਿਬ ਵੀ ਖੜੇ ਨੇ, ਤਾਂ ਡਾਕਟਰ ਸਾਹਿਬ ਇਹਨਾਂ ਨੂੰ ਕੋਈ ਵਧੀਆ ਸੁਝਾਅ ਦੇ ਸਕਦੇ ਨੇ ਵੀ ਕਿਵੇਂ ਇਹ ਜ਼ਿਆਦਾ ਵਧੀਆ ਢੰਗ ਦੇ ਨਾਲ ਹੋਰ ਅੱਗੇ ਕੰਮ ਕਰ ਸਕਦੇ ਨੇ, ਜਿਹਦੇ ਨਾਲ ਕਿ ਹੋਰ ਜਿਹੜੀ ਸੇਵਾ ਢੰਗ ਦੇ ਨਾਲ ਹੋ ਸਕੇ। ਸ਼ੁਕਰੀਆ ਜੀ। ਸਤਿਕਾਰਯੋਗ ਪੱਤਰਕਾਰ ਸਾਹਿਬ, ਮੈਂ ਸੁਣਿਆ ਸੀਗਾ ਬਈ ਭਾਗੀ ਕੇ ਪਿੰਡ ਦੇ ਆਲੇ ਦੁਆਲੇ ਜਿਹੜੇ ਟੋਏ ਆ ਸੜਕ ਦੇ ਉੱਤੇ, ਬਾਘਾ ਪੁਰਾਣਾ ਬਰਨਾਲਾ ਮੇਨ ਹਾਈਵੇ ਦੇ ਉੱਤੇ ਵੱਡੇ ਵੱਡੇ ਖੱਡੇ ਪਏ ਹੋਏ ਆ, ਉਹਨਾਂ ਨੂੰ ਇੱਕ ਬੰਦਾ ਘੁਮੰਡ ਸਿੰਘ ਪਿੰਡ ਨਾਰਾਇਣਗੜ੍ਹ ਸੋਈਆਂ ਬਰਨਾਲੇ ਜ਼ਿਲ੍ਹੇ ਚੋਂ ਆ ਕੇ ਨਿਰਸਵਾਰਥ ਰੂਪ ਦੇ ਵਿੱਚ ਉਹਨਾਂ ਨੂੰ ਭਰਨ ਦਾ ਕਾਰਜ ਕਰ ਰਿਹਾ ਹੈਗਾ। ਮਿੱਟੀ ਹੈ ਜਿਹੜੀ ਉਹ ਸਾਡੇ ਟਰਾਲੀਆਂ ਵਾਲੇ ਵੀਰ, ਮਿੱਟੀ ਢੋਣ ਵਾਲੇ ਵੀਰ ਉਹ ਥੋੜ੍ਹੀ ਥੋੜ੍ਹੀ ਛੱਡ ਜਾਂਦੇ ਨੇ, ਅਤੇ ਇਹ ਜਿਹੜੇ ਸਰਦਾਰ ਘੁਮੰਡ ਸਿੰਘ ਜੀ ਹੈ ਪਿੰਡ ਨਾਰਾਇਣਗੜ੍ਹ ਸੋਈਆਂ ਵਾਲੇ, ਇਹ ਬਿਨਾਂ ਕਿਸੇ ਮਿਹਨਤਾਨੇ ਤੋਂ, ਬਿਨਾਂ ਕਿਸੇ ਚਾਹ ਪਾਣੀ ਤੋਂ, ਬਿਨਾਂ ਕਿਸੇ ਰੋਟੀ ਪਾਣੀ ਤੋਂ ਉਹ ਖੱਡਿਆਂ ਨੂੰ ਭਰਨ ਦਾ ਕਾਰਜ ਕਰ ਰਹੇ ਨੇ, ਅਤੇ ਉਹਨਾਂ ਨੇ ਦੱਸਿਆ ਵੀ ਉਹ ਪਿਛਲੇ ਕਈ ਸਾਲਾਂ ਤੋਂ ਸੜਕਾਂ ਦੇ ਖੱਡੇ ਭਰਨ ਦਾ ਕਾਰਜ ਕਰ ਰਹੇ ਨੇ, ਅਤੇ ਇਹ ਨਿਰਸਵਾਰਥ ਰੂਪ ਵਿੱਚ ਹੀ ਕਰ ਰਹੇ ਨੇ, ਉਹ ਕਿਸੇ ਤੋਂ 50, 100, 10 ਰੁਪਏ, 20 ਰੁਪਏ ਜਿਹੜੇ ਕੋਈ ਰਾਹਗੀਰ ਦੇ ਕੇ ਵੀ ਜਾਂਦਾ ਤਾਂ ਵੀ ਨਹੀਂ ਉਹ ਪਕੜਦੇ ਹੈਗੇ, ਬਲਕਿ ਜਿਹੜੇ ਉਹਨਾਂ ਨੇ ਸੰਦ ਸੰਦਕੜੇ ਬਣਾਏ ਨੇ ਇਸ ਕਾਰਜ ਦੇ ਲਈ, ਉਹ ਵੀ ਉਹਨਾਂ ਨੇ ਆਪਣੇ ਹੀ ਬਣਾਏ ਨੇ, ਜਿਹੜਾ ਪੈਟਰੋਲ ਮੋਟਰਸਾਈਕਲ ਦੇ ਵਿੱਚ ਪਾਉਂਦੇ ਨੇ ਉਹ ਵੀ ਉਹ ਆਪਣੇ ਪਾਉਂਦੇ ਨੇ। ਉਹਨਾਂ ਨੇ ਨਾਲ ਨਾਲ ਮੈਨੂੰ ਇਹ ਦੱਸਿਆ ਸਰਦਾਰ ਘੁਮੰਡ ਸਿੰਘ ਜੀ ਨੇ ਵੀ ਭਾਰਤੀ ਲੋਕ ਨੀਚ ਕਿਵੇਂ ਬਣੇ, ਉਹ ਉਹਨਾਂ ਨੇ ਪੜ੍ਹੀ ਹੋਈ ਆ ਕਿਤਾਬ, ਬਹੁਤ ਉਹਨਾਂ ਨੂੰ ਬੜੀ ਪਸੰਦ ਆਈ ਸੀ, ਬਹੁਤ ਪੜ੍ਹੀ ਹੋਈ ਆ, ਅਤੇ ਇਸੇ ਪ੍ਰਕਾਰ ਹੀ ਬੜੇ ਸੂਝਵਾਨ ਨੇ 1 ਮਈ ਨੂੰ ਮਜ਼ਦੂਰ ਦਿਹਾੜੇ ਦੇ ਉੱਤੇ ਲੁਧਿਆਣੇ ਨਾਟਕ ਮੇਲੇ ਦੇ ਵਿੱਚ ਵੀ ਜਾਂਦੇ ਨੇ, ਮੇਲਾ ਗਦਰੀ ਬਾਬਿਆਂ ਦਾ ਦੇਖਣ ਉੱਥੇ ਵੀ ਜਾਂਦੇ ਨੇ ਜਲੰਧਰ, ਅਤੇ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਜਿਹੜੇ ਨਾਰਾਇਣਗੜ੍ਹ ਸੋਈਆਂ ਦੇ ਆਲੇ ਦੁਆਲੇ ਹੁੰਦੇ ਨੇ ਉਹਨਾਂ ਵਿੱਚ ਵੀ ਸ਼ਮੂਲੀਅਤ ਕਰਦੇ ਨੇ, ਬਹੁਤ ਹੀ ਸੂਝਵਾਨ ਸਿਆਣੇ ਅਤੇ ਜਿਹਨੂੰ ਆਪਾਂ ਕਹੀਏ ਨਿਰਸਵਾਰਥ ਅਸਲੀ ਇਨਸਾਨ ਨੇ ਸਾਡੇ ਇਲਾਕੇ ਦੇ ਸਰਦਾਰ ਘੁਮੰਡ ਸਿੰਘ ਜੀ ਪਿੰਡ ਨਾਰਾਇਣਗੜ੍ਹ ਸੋਈਆਂ। ਮੇਰਾ ਨਾਂ ਘੁਮੰਡਾ ਸਿੰਘ ਹੈ ਜੀ, ਘੁਮੰਡ ਸਿੰਘ ਜੀ ਕਹਿੰਦੇ ਜੀ, ਕਿਹੜੇ ਪਿੰਡ ਤੋਂ ਬਿਲੋਂਗ ਕਰਦੇ? ਮੇਰਾ ਪਿੰਡ ਨਾਰਾਇਣਗੜ੍ਹ ਸੋਈਆਂ ਜੀ, ਜ਼ਿਲ੍ਹਾ ਬਰਨਾਲਾ ਚ ਪੈਂਦਾ। ਘੁਮੰਡ ਸਿੰਘ ਜੀ, ਨਾਂ ਤੁਹਾਡਾ ਘੁਮੰਡ ਸਿੰਘ, ਅਕਸਰ ਕੀ ਹੁੰਦਾ ਕਿ ਅੱਜ 4 ਪੈਸੇ ਆਏ ਲੋਕ ਘੁਮੰਡ ਦਿਖਾਉਣਾ ਸ਼ੁਰੂ ਕਰਦੇ ਨੇ, ਪਰ ਜਿਹੜੇ ਕੰਮ ਤੁਸੀਂ ਕਰ ਰਹੇ ਹੋ ਇਹ ਸਰਕਾਰ ਦੇ ਨੁਮਾਇੰਦੇ ਵੀ ਨਹੀਂ ਕਰਦੇ? ਇਹ ਤਾਂ ਜੀ ਗੱਲ ਹੈਗੀ ਹੈ ਵੀ ਪੈਸੇ ਦਾ ਤਾਂ ਕੋਈ ਖਾਸ ਉਹ ਨਹੀਂ ਹੈਗੀ, ਵੇਲੂ ਆਉਂਦਾ ਜਾਂਦੇ ਚੱਲਿਆ ਰਹਿੰਦਾ, ਇਹ ਤਾਂ ਬੰਦੇ ਦੀ ਨੇਚਰ ਠੀਕ ਹੋਣੀ ਚਾਹੀਦੀ ਹੈ ਅਤੇ ਜ਼ਿੰਦਗੀ ਵਧੀਆ ਜਿਉਣ ਲਓ, ਕੁਛ ਨਹੀਂ ਹੁੰਦਾ ਪੈਸੇ ਪੂਸੇ ਦਾ ਤਾਂ ਪਤਾ ਹੀ ਲੱਗਣਾ ਕਦੋਂ ਚਲੇ ਜਾਣਾ, ਜਾਣਦਾ ਹੀ ਨਾ ਪਤਾ ਕਦੋਂ ਚਲੇ ਜਾਣਾ, ਅਤੇ ਫਿਰ ਪੈਸਾ ਵੀ ਇਕੱਲਾ ਕੀ ਕਰਾਂਗੇ, ਜਾਂ ਲੋਕਾਂ ਦੀ ਸੇਵਾ ਜੇ ਹੋ ਜੇ ਅਤੇ ਖੱਡੇ ਖੁੱਡੇ ਭਰਨੇ ਆ ਅਤੇ ਕੋਈ ਵੀ ਜਿਵੇਂ ਜੇ ਮੈਥੋਂ ਵੀ ਜਾਨ ਬਚ ਜੇ ਤੇ ਮੈਂ ਤਾਂ ਕਿੰਨਾ ਕੀ ਪਤਾ ਕਿੰਨਾ ਫਾਇਦਾ ਹੋ ਜੂ, ਕੋਈ ਐਕਸੀਡੈਂਟ ਵਗੈਰਾ ਹੋਣ ਤੋਂ ਬਚ ਗਿਆ
ਐਡੇ ਵੱਡੇ ਖੱਡਿਆਂ ਚੋਂ ਤੇ ਕਿੰਨਾ ਮੇਰਾ ਫਾਇਦਾ ਹੋ ਜਾਣਾ, ਮਹਾਰਾਜ ਨੇ ਕਰ ਦੇਣਾ ਮੈਨੂੰ ਕੀ ਪਤਾ, ਉਹਦੇ ਬਾਰੇ ਨਹੀਂ ਮੈਨੂੰ ਪਤਾ ਹੈਗਾ। ਤੇ ਮੈਂ ਤਾਂ ਇੱਕ ਬਸ ਵੀ ਤੜਕੇ ਉੱਠਣਾ ਤੇ ਸੁਬਾਹ ਗੁਰੂ ਘਰ ਚਲੇ ਜਾਂਦੇ ਆ, ਗੁਰੂ ਘਰ ਜਦੋਂ ਮੁੜੇ ਆਉਂਦੇ ਸਾਰੇ ਬੰਦੇ ਤੇ 6 ਵਜੇ ਮੁੜੇ ਆਉਂਦੇ ਆ ਬਾਬਾ ਗੁਰੂ ਘਰੋਂ ਬੰਦੇ, ਤੇ ਫਿਰ ਮੈਂ ਜਾ ਕੇ ਮਾਂ ਵੱਡਾ ਗੇਟ ਲਾ ਲੈਣਾ ਗੁਰੂ ਘਰ ਦਾ, ਤੇ ਵੱਡਾ ਗੇਟ ਲਾ ਕੇ ਤੇ ਮੈਂ ਸੰਭਲ ਕੇ ਤੇ ਪੋਚੇ ਪਾਚੇ ਲਾ ਕੇ 2 ਘੰਟੇ ਮੈਂ 3 ਘੰਟੇ ਵਧੀਆ ਉੱਥੇ ਪੂਰਾ ਆਪਦਾ ਕੰਮ ਕਰਦਾ, ਮਿਹਨਤ ਚਲੋ ਜਿੰਨਾ ਵੀ ਹੋਇਆ ਓਨਾ ਹੀ ਕਰੀ, ਜਿੰਨਾ ਵੀ ਹੋਇਆ ਓਨਾ ਹੀ ਕਰਦਾ। ਫਿਰ ਮੈਂ ਘਰੇ ਆ ਕੇ ਨਹਾ ਨੂਹ ਲਿਆ, ਨਹਾ ਕੇ ਰੋਟੀ ਖਾ ਲਈ, ਰੋਟੀ ਖਾ ਕੇ ਚੱਕਿਆ ਰੇੜਾ ਕਹੀ ਧਰੀ ਤੇ ਜਿੱਦਣ ਚਿੱਤ ਮੰਨਿਆ ਵੀ ਕਿੱਥੇ ਚੱਲਣਾ ਅੱਜ, ਤੇ ਉੱਥੇ ਜਾ ਕੇ ਟੋਏ ਭਰਨੇ ਤੇ ਜੇ ਕਿਤੇ ਟੋਇਆ ਮੈਂ, ਹੋਰ ਵੀ ਇੱਕ ਸਾਂਝਣੀ ਵੀ ਹੈਗੀ ਹੈ ਸਾਡੇ ਪਿੰਡ, ਤੇ ਉਹਨਾਂ ਦਾ ਵੀ ਮੈਂ ਜਾਣਾ ਹੀ ਜਾਣਾ ਤੇ ਕੁਛ ਵੀ ਹੁੰਦਾ, ਕਿਉਂਕਿ ਉੱਥੇ ਵੀ ਗਰੀਬਾਂ ਦੀ ਗੱਲ, ਮੈਂ ਇੱਕ ਗਰੀਬ ਪਰਿਵਾਰ ਤੋਂ ਤੇ ਉੱਥੇ ਉਹ ਕਿਸਾਨ ਜੀ ਨੇ ਤੇ ਵੀ ਗਰੀਬ ਦੀ ਗੱਲ ਕਰੀ ਜਾਂਦੀ ਹੈ। ਪੜ੍ਹਾਈ ਤਾਂ ਮੈਂ ਜੀ ਤਕਰੀਬਨ 6-7 ਜਮਾਤਾਂ ਹੀ ਕੀਤੀ ਹੈ ਤੇ ਪੜ੍ਹੀ, ਜਾਣੀ ਮੈਨੂੰ ਪੜ੍ਹਾਈ ਵਧੀਆ ਆਉਂਦੀ ਸੀ, ਬਹੁਤ ਜ਼ਿਆਦਾ ਵਧੀਆ ਆਉਂਦੀ ਸੀ ਤੇ ਬਸ ਕੋਈ ਮਹਾਰਾਜ ਨਹੀਂ, ਉਹ ਮੈਂ ਕਿਤਾਬਾਂ ਕਤੂਬਾਂ ਬਹੁਤ ਵਧੀਆ ਪੜ੍ਹ ਲੈਂਦਾ। ਕੰਮ ਦੀ ਜੀ ਮੈਨੂੰ ਲੱਗੀ, ਸ਼ਹੀਦੀ ਦਿਹਾੜੇ ਸੀ ਬੱਚਿਆਂ ਦੇ ਤੇ ਮੈਂ ਉਹਨੂੰ ਕਿਹਾ, ਮੇਰਾ ਸਿੱਖ ਸੀ ਦਰਸ਼ਨ ਸਿੰਘ, ਤੇ ਉਹਨੂੰ ਕਿਹਾ ਵੀ ਆਪਾਂ ਲੋਕ ਉੱਥੇ ਕਹਿੰਦੇ 1.5-1.5 ਮਹੀਨਾ ਪੈਂਦੇ ਆ ਤੇ ਸਰਹੰਦ ਥੱਲੇ ਪੈਂਦੇ ਆ ਤੇ ਉਹ ਉਹਨਾਂ ਦਾ ਮਨਾਉਂਦੇ, ਜਾਣੀ ਸੋਗ ਦੀ ਲਹਿਰ ਹੈ, ਚਲੋ ਕੋਈ ਵੀ ਠੀਕ ਹੈ ਤੇ ਅਸੀਂ ਵੀ ਮਾਫ਼ੀ ਆਪਾਂ ਉਹਨਾਂ ਦੇ ਨਾਂ ਲੈ ਕੇ ਆਪਾਂ ਬੈਠੋ, ਉਹਨਾਂ ਦਾ ਉਹ ਕਰੋ, ਉਹਨਾਂ ਦਾ ਕੋਈ ਉਹਨਾਂ ਦੁੱਖ ਕੀ ਕਿਵੇਂ ਹੋਇਆ, ਕੀ ਵਾਪਰਿਆ, ਉਹਨਾਂ ਨਾਲ ਗੱਲਾਂ ਕਰਾਂਗੇ ਬਈ। ਚੱਲ ਬਸ ਇਹੋ ਜਿਹਾ ਕੰਮ ਹੋਇਆ ਸੀ ਬੈਠਣ ਲੱਗੇ ਤੇ ਉੱਥੋਂ ਬਸ ਇਹੋ ਜਿਹਾ ਹੋਇਆ, ਬਸ ਮਨ ਦੇ ਵਿੱਚ ਝਾੜੂ ਚੱਕ ਲਿਆ ਤੇ ਝਾੜੂ ਚੱਕ ਕੇ ਵਾਹਿਗੁਰੂ ਵਾਹਿਗੁਰੂ ਤੇ ਝਾੜੂ ਚੱਕ ਕੇ ਮੈਂ ਹੁਣ ਵੀ ਮੈਂ ਝਾੜੂ ਪਿੰਡ ਦੇ ਵਿੱਚ ਕਿਤੇ ਵੀ ਹੋਵੇ ਤੇ ਝਾੜੂ ਤੋਂ ਬਿਨਾਂ ਝਾੜੂ ਮੈਂ ਥੋੜੇ ਦਿਨਾਂ 'ਚ ਘਸਾ ਦਿੰਦਾ। ਪੈਸਾ ਚਾਹੀਦਾ ਵੀ ਓਨਾ ਕੁ ਹੋਵੇ ਜਿੰਨਾ ਕੁ ਲੱਖਾ ਜਿਹਾ ਹੋ ਜੇ ਤੇ ਇਹ ਨਾ ਹੋਵੇ ਵੀ ਵਾਲੀ ਮਾਇਆ ਵੀ ਪੈਸੇ ਨੂੰ ਬੰਦੇ ਨੂੰ ਪਤਾ ਨੀ ਕੀ ਕਰੇ, ਨਾ ਉਹਨੇ ਪਤਾ ਹੀ ਲੱਗ ਰਿਹਾ। ਮਨ ਨੂੰ ਸਕੂਨ ਆ ਬਹੁਤ ਜ਼ਿਆਦੇ। ਆ ਦੇਖੋ ਮੇਰਾ ਕੰਮ ਆ ਜਿਹੜਾ ਜਦੋਂ ਹੁਣ ਅੱਖੀਆਂ ਭਰਦਾ ਮੈਂ, ਮੈਨੂੰ ਇੰਨਾ ਹੋਇਆ ਵਿਆ ਵੀ ਮੇਰਾ ਇਹ ਆਪਦਾ ਕੰਮ ਹੋ ਰਿਹਾ। ਮੈਂ ਉਹਨਾਂ ਦਾ ਸ਼ੁਕਰ ਗੁਜ਼ਾਰਾ ਕਰਦਾ, ਜੇ ਕੋਈ ਮਿੱਟੀ ਛੱਡ ਕੇ ਜਾਂਦਾ ਨਾ ਉਹਨੂੰ ਮੈਂ ਸ਼ੁਕਰ ਕਹਿੰਦਾ ਵੀ ਸ਼ੁਕਰ ਆ ਮਾਲਕਾ ਤੇਰੇ ਘਰੋਂ, ਤੂੰ ਆ ਮੇਰੇ ਨਹੀਂ ਮੈਨੂੰ ਸਿੱਖਣੀ ਪੈਣੀ ਸੀ ਜਾਂ ਕੋਈ ਮਿੱਟੀ ਲਾ ਗਿਆ ਤੇ ਮੈਂ ਉਹਨਾਂ ਦਾ ਉਹ ਕਰਦਾ, ਸ਼ੁਕਰਾਨਾ ਕਰਦਾ ਬਾਬਾ ਟ੍ਰੈਕਟਰ ਵਾਲਿਆਂ ਦਾ ਤੇ ਧੰਨਵਾਦ ਉਹਨਾਂ ਦਾ। ਰਾਹਗੀਰ ਸਾਥ ਦਿੰਦੇ ਫਿਰ ਤੁਹਾਡਾ? ਹਾਂਜੀ, ਰਾਹਗੀਰ ਜਾਂ ਟ੍ਰੈਕਟਰ ਟਰਾਲਿੰਗ ਵਾਲੇ ਨੇ, ਉਹ ਵੀਰ ਕਹਿੰਦੇ ਵੀ ਤੂੰ ਰਹਿਣ ਦੇ ਭਰਨ ਟ੍ਰੈਕਟਰ ਚੱਲਦੇ ਕਿਤੇ ਭਰਤ ਨੂੰ ਤੇ ਉਹ ਕਹਿੰਦੇ ਵੀ ਤੂੰ ਇੱਕ ਡੈਗੀਆ ਚੱਕਣ ਨੂੰ ਰਹਿਣ ਦੇ, ਅਸੀਂ ਲਾ ਜਾ ਕਰਾਂਗੇ ਜਿੰਨੀ ਕੁ ਲੋਕ ਥੋੜੀ ਥੋੜੀ ਤੇ ਤੂੰ ਸਾਫ਼ ਕਰੀ ਚੱਲ। ਮੈਂ ਠੀਕ ਆ ਜੀ, ਧੰਨਵਾਦ।
ਤੁਸੀਂ ਮਤਲਬ ਜਿਵੇਂ ਹੁਣ ਟਰਾਲੀ ਬਣਾਈ ਹੋਈ ਹੈ ਛੋਟੀ ਜਿਹੀ, ਹੈ ਨਾ, ਛੋਟੀ ਜਿਹੀ ਮੋਟਰਸਾਈਕਲ ਨਾਲ, ਸਾਨੂੰ ਪਤਾ ਲੱਗਿਆ ਅੱਜ ਤੰਗ ਵੀ ਬੜਾ ਹੋਏ, ਤੁਹਾਨੂੰ ਇਹਨਾਂ ਔਕੜੀਆਂ ਬਾਰੇ ਕਿਵੇਂ ਪਤਾ ਲੱਗਿਆ? ਇਹ ਮੈਂ ਜੀ, ਮੇਰੀ ਕੁੜੀ ਹੈ ਰੋਜ਼ਾ ਪਿੰਡ, ਤੇ ਉੱਥੇ ਗਿਆ ਸੀ ਮੈਂ ਪਰਸੋਂ, ਤੇ ਫਿਰ ਔਖਣ ਵਾਲੀ ਬੇਦੀ ਮੈਂ ਜਦੋਂ ਲੰਘਿਆ ਤੇ ਮੈਨੂੰ ਮਨ ਨੂੰ ਤਕਲੀਫ ਬਹੁਤ ਹੋਈ ਵੀ ਐਡੀਆਂ ਐਡੀਆਂ ਔਖੜੀਆਂ, ਇਹ ਤਾਂ ਕਿਸੇ ਨੇ ਕਿਸੇ ਨੁਕਸਾਨ ਕਰ ਦੇਣਗੀਆਂ। ਤੇ ਫਿਰ ਮੈਂ ਕੱਲ੍ਹ ਦੀ ਦਿਹਾੜੀ ਹੁਣ ਮਸਾਂ ਲੰਘਾਈ ਆ, ਤੇ ਇਹ ਦੋ ਨੇ ਵੱਡੀਆਂ ਔਖੜੀਆਂ ਨੇ, ਤੇ ਇੱਕ ਭਰਤੀ ਤੇ ਇੱਕ ਮੈਂ ਹੁਣ ਗਾਂਹ ਜਾ ਕੇ ਭਰ ਦੇਣੀ, ਵੱਡੀਆਂ ਔਖੜੀਆਂ ਨੇ। ਦੂਜੀਆਂ ਚਲੋ ਛੋਟੀਆਂ ਨਾਲ ਚੱਲ ਜਾਂਦੀਆਂ ਨੇ, ਤੇ ਮੈਂ ਇੰਨਾ ਤਾਂ ਮੈਂ ਭਰ ਵੀ ਨਹੀਂ ਸਕਦਾ, ਤੇ ਵੱਡੇ ਔਖੇ ਔਖੜੀਆਂ ਨੇ। ਟੋਏ ਸੀ, ਟੋਏ ਉਹ ਨਹੀਂ ਸੀ ਹੈਗੀਆਂ, ਤੇ ਟੋਇਆਂ ਦਾ ਪਤਾ ਕੋਈ ਐਕਸੀਡੈਂਟ ਹੋ ਸਕਦਾ ਪੂਰਾ ਹੈ ਜੀ। 5-6 ਸਾਲ ਤਾਂ ਹੋ ਗਏ ਜੀ ਹੁਣ ਲਗਾਤਾਰ। ਮੇਰੀ ਤਾਂ ਰੁਚੀ ਵੀ ਬਹੁਤ, ਮੈਂ ਲੇਟ ਹਾਂ, ਮੇਰੀ ਤਾਂ ਰੁਚੀ ਇੰਨੀ ਆ ਵੀ ਮੈਂ ਲੇਟ ਹੋ ਚੁੱਕਿਆ, ਤੇ ਜਿੰਨਾ ਕੁ ਹੋਇਆ ਮੈਂ ਕਰੂੰਗਾ ਜੀ, ਜਿੰਨਾ ਵੀ ਹੋਇਆ ਤੇ ਉਹ ਮੈਂ ਕਰੂੰਗਾ ਉਹਨਾਂ। ਮੈਂ ਤਾਂ ਮੈਂ ਜ਼ਿੰਦਗੀ ਨਾਲ ਆਪਦੀ ਨਾ ਕਹਿ ਰਿਹਾ ਵੀ ਤੂੰ ਤਾਂ ਖਰਾਬ ਹੀ ਕਰ ਲਈ ਜ਼ਿੰਦਗੀ, ਤੇ ਪਹਿਲਾਂ ਕਰਨਾ ਚਾਹੀਦਾ। ਹਾਂ, ਤੇ ਕਿੰਨੀ ਮੇਰੀ ਪੂੰ, ਵੈਸੇ ਮੈਂ ਪਹਿਲਾਂ ਤੋਂ ਠੀਕ ਸੀਗਾ, ਤੇ ਰੱਬ ਦਾ ਨਾਂ ਵੀ ਬਹੁਤ ਲਿਆ, ਤੇ ਚਲੋ ਕੋਈ ਨਾ, ਵਿੱਚ ਚੰਗੇ ਮਾੜੇ ਵੀ ਹੋਈ ਜਾਂਦੇ ਰਹਿੰਦੇ। ਜ਼ਿੰਦਗੀ ਤੋਂ ਖੁਸ਼ ਬਹੁਤ ਵਧੀਆ, ਬਹੁਤ ਵਧੀਆ। ਤੇ ਹੁਣ ਮੈਨੂੰ ਜਾਣ ਦਾ ਹੀ ਫਿਕਰ ਆ ਇਕੱਲਾ, ਤੇ ਮੇਰੇ ਰੇਹੜੀ ਰੂੜੀ ਬਾਬਾ ਉਹ ਮੋਟਰਸਾਈਕਲ ਨਾਲ ਬੜੀ ਔਖੀ ਆ, ਤੇ ਨਹੀਂ ਤਾਂ ਮੈਂ ਖੁਸ਼ ਆ। ਜਦੋਂ ਔਖੜੀਆਂ ਭਰੀਆਂ ਗਈਆਂ ਮੈਂ ਤਾਂ ਵਾਗੋ ਵਾਗ, ਮੈਨੂੰ ਤਾਂ ਆਨੰਦ ਹੀ ਆ ਗਿਆ ਜਦੋਂ ਔਖੜੀਆਂ ਭਰੀਆਂ ਗਈਆਂ, ਤੇ ਹੋਰ ਮੇਰਾ ਕੰਮ ਹੀ ਹੈਗਾ ਕੋਈ, ਇਹ ਤਾਂ ਮੇਰਾ ਮੇਰਾ ਆਪਦਾ ਨਿੱਜੀ ਕੰਮ ਹੈ। ਬਰਨਾਲਾ ਜ਼ਿਲ੍ਹੇ ਚ ਔਖੜੀਆਂ ਘੱਟ ਆ ਕਿ ਇੱਧਰ ਸਾਡੇ ਏਰੀਏ ਚ ਨੇ ਆ? ਨਹੀਂ, ਸਾਰੀ ਇੱਕੋ ਹੀ ਹਾਲ ਹੈ, ਕੋਈ ਫਰਕ ਨਹੀਂ ਹੈ, ਵਾਲਾ ਕੋਈ ਵਾਲਾ ਫਰਕ ਨਹੀਂ ਹੈ। ਜਿੱਥੇ ਔਖੜੀਆਂ ਦਿੰਦੇ ਉੱਥੇ ਮੈਨੂੰ ਤਾਂ ਉਹ ਇੱਕੋ ਹੀ ਗੱਲ ਹੈ। ਮੈਨੂੰ ਹੁਣ ਦੇਖੋ ਆਹ ਦੋ ਔਖੜੀਆਂ ਭਰੀਆਂ ਗਈਆਂ, ਤੇ ਫਿਰ ਮੇਰੇ ਔਖੜੀ ਮੈਂ ਲੋਪੋ ਚਲਿਆ ਜਾਣਾ, ਲੋਪੋ ਪਿੰਡ ਦੇ ਨੇੜੇ ਆ ਦੋ ਤਿੰਨ ਔਖੜੀਆਂ, ਉੱਥੋਂ ਦੀ ਮੈਂ ਲੰਘਿਆ ਆਹ ਬੁਟਰ ਵਗੈਰਾ ਨੂੰ, ਤੇ ਉੱਥੇ ਵੀ ਮੈਂ ਜਾਣਾ ਕੱਲ੍ਹ ਨੂੰ ਚਲੇ ਜਾਣਾ। ਹਾਂਜੀ, ਮੇਰਾ ਆਖਰੀ ਪੁਆਇੰਟ ਹੈ ਵੀ ਮਹਾਰਾਜ ਜਿਹੜੇ ਜਿੰਨੇ ਵੀ ਦੁਨੀਆਂ ਅੰਦਰ ਲੋਕ ਨੇ ਇਹ ਦੁਨੀਆਂ 'ਤੇ ਆਏ ਵੇ ਨੇ, ਅਤੇ ਹਰੇਕ ਨੂੰ ਥੋੜ੍ਹਾ ਘਣਾ ਸਮਾਜ ਦੇ ਲਈ ਟਾਈਮ ਕੱਢਣਾ ਚਾਹੀਦਾ। ਅਤੇ ਵਾਤਾਵਰਨ ਬਾਰੇ ਵੀ ਮੈਂ ਬਹੁਤ ਔਖਾ, ਵਾਤਾਵਰਨ ਵੀ ਸ਼ੁੱਧ ਨਹੀਂ ਹੈਗਾ, ਤੇ ਵਾਤਾਵਰਨ ਵਾਲਿਆਂ ਨੂੰ ਵੀ ਕਹਿਣਾ ਮੈਂ, ਜਗਰਾਤ ਮਹਿਕੜਿਆਂ ਨੂੰ ਵੀ ਮਾੜਾ ਖਿਆਲ ਰੱਖ ਲਿਆ ਕਰੋ, ਕਿੰਨਾ ਕਟਾਈ ਵਗੈਰਾ ਤੁਹਾਡੀ ਨਿਗਾਹ ਥੱਲੀ ਹੁੰਦੀ ਹੈ, ਤੇ ਆਕਸੀਜਨ ਦਾ ਕੀ, ਆਕਸੀਜਨ ਤਾਂ ਆਕਸੀਜਨ ਕਾਹਤੋਂ ਘੱਟਦੀ ਹੈ ਪੰਜਾਬ 'ਚ, ਜੇ ਦਰਖਤ ਕਿੰਨੇ ਵੀ ਲਵਾ ਦਿਓ ਤੁਸੀਂ ਲਾਓ ਤੇ ਲੱਗ ਜਾਣਗੇ, ਜੇ 100 ਲਾਓਗੇ 50 ਤਾਂ ਹੋ ਹੀ ਜਾਣਗੇ, ਤੇ ਫਿਰ ਤੁਹਾਡੀ ਨੀਤੀ ਹੋਵੇ, ਐਂ ਨਾ ਹੋਵੇ ਤੁਹਾਡੀਆਂ ਇਕੱਲੀਆਂ ਫੋਟੋਆਂ ਹੀ ਖਿਚਾਉਣੀਆਂ ਨੇ, ਫਿਰ ਨਹੀਂ ਵੀ ਮੈਂ ਟੋਆ ਪੱਟੇ ਤੇ ਦਰਖਤ ਦੱਬਦਾ ਮੇਰੀ ਫੋਟੋ ਖਿੱਚ ਲਓ, ਫਿਰ ਨਹੀਂ ਤੁਹਾਡੀ ਨੀਤੀ ਹੋਵੇ ਕੰਮ ਕਰਨ ਦੀ, ਫਿਰ ਹੋ ਜੂਗਾ ਸਾਰਾ ਕੁਛ, ਫਿਰ ਆਕਸੀਜਨ ਦੀ ਸਾਡੇ ਘਾਟ ਹੀ ਨਹੀਂ ਪੈਣੀ। ਸਾਡੇ ਲੋਕ ਵੱਡੇ ਵੱਡੇ ਲੋਕ ਨੇ, ਅਰਬਾਂਪਤੀ ਲੋਕ ਬੈਠੇ ਆ ਜੀ, ਤੁਹਾਡੇ ਸ਼ਹਿਰ 'ਚ ਵੀ ਹੋਣਗੇ, ਕਿ ਉਹਨਾਂ ਨੂੰ ਆਪਦੇ ਬੱਚਿਆਂ ਦੇ ਭਵਿੱਖ ਦਾ ਨਹੀਂ ਪਤਾ ਹੈ ਵੀ ਆਕਸੀਜਨ ਕੀ, ਆਕਸੀਜਨ ਵੀ ਹੁੰਦੀ ਹੈ ਕੋਈ, ਉਹ ਗਰੀਬ ਆਦਮੀ ਉਹਨੂੰ ਬੂਟੇ ਲੈ ਕੇ ਦਿਹਾੜੀ ਦੇ ਕੇ ਬੂਟੇ ਹੀ ਲਵਾ ਲੈਣ, ਵੀ ਇਹਦੀ ਸੇਵਾ ਕਰੋ ਬਈ, ਉਹਨਾਂ ਨੂੰ ਫਾਇਦਾ ਨਹੀਂ ਹੈ ਕੁਛ, ਚਲੋ ਸਾਡਾ ਤਾਂ ਸਾਹ ਆਈ ਜਾਣਾ ਗਰੀਬਾਂ ਨੂੰ ਤਾਂ, ਸਾਡਾ ਤਾਂ ਸਾਹ ਆਈ ਜਾਣਾ, ਤੇ ਬਾਈ ਤਕੜੇ ਬੰਦਿਆਂ ਨੂੰ ਵੀ ਚਾਹੀਦਾ ਵੀ ਉਹ ਰੁਪਈਏ ਦਿਹਾੜੀਏ ਦੇ ਦਿਓ, ਦਿਹਾੜੀਏ ਨੂੰ ਪੈਸੇ ਦੇ ਕੇ ਤੁਸੀਂ ਦਰਖਤ ਲਵਾ ਦਿਓ, ਤੇ
ਆਕਸੀਜਨ ਦਾ ਕਿੰਨਾ ਖਤਰਾ ਹੋ ਜਾਣਾ ਸਾਡਾ, ਕਿ ਸਾਨੂੰ ਸਾਹ ਸੌਖਾ ਆਵੇ ਤੇ ਦੁਨੀਆਂ ਦਾ ਮਜ਼ਾ ਹੀ ਹੋਰ ਹੋ ਜੂਗਾ। ਸੋ ਦਰਸ਼ਕੋ, ਇਹ ਸਨ ਅਸਲ ਰੱਬ ਦੇ ਬੰਦੇ ਜਿਹੜੇ ਆਪਣੇ ਪੈਸੇ ਦੇ ਉੱਪਰ ਖਰਚ ਕਰਕੇ, ਵੱਡੀ ਗੱਲ ਇਹ ਹੈ ਕਿ ਕਿਸੇ ਤੋਂ ਕੁਛ ਵੀ ਨਹੀਂ ਲੈਂਦੇ, ਜੇ ਕੋਈ ਪੈਸੇ ਵੀ ਦੇ ਕੇ ਜਾਂਦਾ ਉਹ ਵੀ ਨਹੀਂ ਪੈਸੇ ਲੈਂਦੇ। ਅਕਸਰ ਕੀ ਹੁੰਦਾ ਕਿ ਅਸੀਂ ਬਹੁਤ ਸਾਰੀਆਂ ਫਾਲਤੂ ਦੀਆਂ ਚੀਜ਼ਾਂ ਸ਼ੇਅਰ ਕਰਦੇ ਹਾਂ, ਪਰ ਕੰਮ ਦੀ ਗੱਲ ਆ ਕੋਈ ਕੋਈ ਸ਼ੇਅਰ ਕਰਦਾ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੋਂ ਸਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਿਆ ਹੋਵੇਗਾ ਔਰ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਰਹੋ। ਔਰ ਵੱਡੀ ਗੱਲ ਇਹ ਹੈ ਕਿ ਸਮਾਜ ਦੇ ਵਿੱਚ, ਸਮਾਜਿਕ ਸੰਸਥਾਵਾਂ ਜਾਂ ਸਰਕਾਰ ਨੂੰ ਅਜਿਹੀਆਂ ਸ਼ਖਸੀਅਤਾਂ ਨੂੰ ਸਨਮਾਨ ਕਰਨਾ ਚਾਹੀਦਾ ਜਾਂ ਇਹਨਾਂ ਲਈ ਕੁਛ ਵੱਖਰਾ ਕਰਨਾ ਚਾਹੀਦਾ ਜੋ ਸਮਾਜ ਦੇ ਵਿੱਚ ਨਿਰਸਵਾਰਥ ਸੇਵਾ ਕਰਦੇ ਨੇ। ਸੋ ਹੋਰ ਅਪਡੇਟਸ ਲਈ ਬਣੇ ਰਹੋ JBS ਟਾਈਮ ਦੇ ਨਾਲ।